ਸ਼ੁਕਰ ਆ ਮੇਰੇ ਪੁੱਤ ਦਾ ਫੋਨ ਆਇਆ ਤੇ ਹੈ। ਹੈਲੋ, ਸਤਿ ਸ਼੍ਰੀ ਅਕਾਲ, ਠੀਕ ਠਾਕ ਮਨਜੀਤ? ਸ਼ੁਕਰ ਆ ਸ਼ੁਕਰ ਆ ਮੇਰੇ ਪੁੱਤ ਨੇ ਫੋਨ ਕੀਤਾ ਤੇ ਹੈ। ਕਿੰਨੇ ਦਿਨ ਹੋ ਗਏ ਤੂੰ ਫੋਨ ਹੀ ਨਹੀਂ ਕੀਤਾ ਸਾਨੂੰ, ਹੈ? ਕਿਹੜੀ ਗੱਲ? ਅੱਛਾ ਠੀਕ ਆ, ਫੋਨ ਤੇ ਪੁੱਤ ਤੈਨੂੰ ਮੈਂ ਕਰਨਾ ਸੀ। ਚੱਲ ਸ਼ੁਕਰ ਆ ਤੂੰ ਹੀ ਕਰ ਦਿੱਤਾ ਤੇ ਚੰਗਾ ਹੋ ਗਿਆ, ਹੈ? ਰਨ ਦਾ ਮਜ਼ਦੂਰ ਬਣ ਗਿਆ, ਉਹਨੇ ਤੇਰੇ ਕੰਨ ਭਰ ਦਿੱਤੇ ਤੇ ਤੂੰ ਚੁੱਕ ਕੇ ਮਾਂ ਨੂੰ ਫੋਨ ਲਾਤਾ ਲੜਨ ਵਾਸਤੇ। ਕੀ ਕਹਿਤਾ ਉਹਨੂੰ ਮੈਂ? ਗੱਲ ਉਹ ਹੁੰਦੀ ਜਿਹੜੀ ਮੂੰਹ ਤੇ ਹੋਵੇ, ਚੋਰੀ ਦੇ ਥਾਣੇਦਾਰ ਨੂੰ ਵੀ ਗਾਲਾਂ ਕੱਢ ਲਈਦੀਆਂ। ਲੜਨੋਂ ਤੇ ਮਾਵਾਂ ਧੀਆਂ ਨਹੀਂ ਹਟੀਆਂ, ਸਾਰਾ ਦਿਨ ਇਹਦੀ ਮਾਂ ਆਈ ਰਹੀ ਆ, ਅਸੀਂ ਤੈਨੂੰ ਕੁਛ ਵੀ ਨਹੀਂ ਆਖਿਆ। ਅੱਛਾ ਸ਼ਾਬਾਸ਼ੇ ਪੁੱਤ ਸ਼ਾਬਾਸ਼ੇ, ਬੁੱਢੀ ਮਗਰ ਲਾ ਕੇ ਤੇ ਮਾਂ ਨਾਲ ਲੜ, ਪਰ ਮਾਂ ਨਹੀਂ ਤੇਰੇ ਨਾਲ ਲੜ ਸਕਦੀ, ਮਾਂ ਉਹਨੂੰ ਹੀ ਮੱਤਾਂ ਦਊਗੀ ਫਿਰ ਜਿਹੜੀ ਆਈ ਆ ਹੁਣ ਘਰ ਦੇ ਵਿੱਚ। ਤੇ ਕੰਮ ਕਰਨਾ ਨਹੀਂ ਆ ਤੇ ਪੜ੍ਹੀ ਲਿਖੀ ਨੂੰ ਅਸੀਂ ਕੀ ਕਰੀਏ? ਅੱਛਾ ਇੱਥੇ ਬਹੁਤ ਸਾਡੇ ਬਿਜ਼ਨਸ ਤੇ ਫੈਕਟਰੀਆਂ ਚੱਲਣ ਡਈਆਂ ਵਾ ਨਾ, ਜਿਹੜਾ ਤਾਂ ਸਾਰੀ ਦਿਹਾੜੀ ਕੰਪਿਊਟਰ ਤੋਂ ਟਾਈਮ ਨਹੀਂ ਮਿਲਦਾ ਇਹਨੂੰ, ਤੇ ਵਿਚਾਰੇ ਦਾ ਸਿਰ ਖੁਰਕਣ ਨਹੀਂ ਹੁੰਦਾ। ਬੱਦਲ ਦਾ ਵੀ ਨਾ ਉਸੇ ਵੇਲੇ ਹੀ ਆ ਜਾਂਦਾ ਝੱਟ ਹੀ, ਨਾ ਇਹ ਹੁਣ ਖੇੜਾ ਛੱਡਣਾ ਹੀ ਇਹਨੇ। ਡੰਗਰਾਂ ਦਾ ਬੜਾ ਮੰਦਾ ਹਾਲ ਵਾ, ਖੁਰਲੀ ਵੀ ਇੱਕ ਬਾਹਰ ਵਾ, ਅੰਦਰ ਬੰਦਾ ਖੁਰਲੀ ਬਣਾ ਛੱਡੇ ਨਾ, ਉਹਦੇ ਰਘਵੀਰ ਨੂੰ ਆਖਾਂਗੇ ਵੀ ਅੰਦਰ ਬਣਾ ਲਾ ਇੱਕ ਖੁਰਲੀ, ਅਤੇ ਇਹ ਆ ਵੀ ਇੱਥੇ ਵਾਝਿਆ ਕਰਨਗੀ। ਉਹ ਗੋਆ ਲਾ ਮੁੰਡਾ ਪਤਾ ਨਹੀਂ ਕਿੱਦਣ ਚਲ ਗਿਆ ਸੀ, ਉਹ ਰਘਵੀਰ ਉਹ ਗੋਆ ਜੇ ਉੱਦਾਂ ਹੀ ਆ ਅੰਦਰ, ਇਹ ਵੀ ਟਾਈਮ ਨਾਲ ਕੱਢਿਆ ਹੁੰਦਾ, ਥਾਂ ਸੁੱਕ ਜਾਂਦਾ ਬੰਦਾ ਆਰਾਮ ਨੂੰ ਅੰਦਰ ਬੰਨਣ ਵਾਲਾ ਬਣਦਾ। ਚੱਲ ਆਉਂਦਾ ਉਹ ਤਾਂ ਮੈਂ ਉਹਨੂੰ ਕਹਿੰਦਾ ਵਾ ਵੀ ਇਹਨੂੰ ਬਾਹਰ ਕੱਢ ਕੇ ਸੁੱਟਦੇ ਯਾਰ। ਤਾਂ ਨਹੀਂ ਰੋਟੀ ਖਾਧੀ ਇਹਨੇ ਤੇ ਰਹਿਣਾ ਭੁੱਖੀ ਤੇ ਰਵੇ, ਨਹੀਂ ਜਦੋਂ ਪਕਾਉਣੀਆਂ ਨਹੀਂ ਆ ਤੇ ਫਿਰ ਖਾਣ ਲੱਗੀ ਨੂੰ ਸ਼ਰਮ ਆ ਗਈ ਹੋਊਗੀ, ਨਾ ਫੜੀ ਹੋਊਗੀ ਅੱਜ ਨਾ ਖਾਧੀ ਹੋਊਗੀ। ਅੱਛਾ ਤੈਨੂੰ ਕਹਿੰਦੀ ਆ ਜਾ ਛੇ ਛੇਤੀ ਤੇ ਅੱਡ ਹੋਣਾ ਵਾ, ਪੈਸੇ ਬਹੁਤ ਲਾਏ ਆ ਨਾ ਤੁਸੀਂ ਕੋਠੀਆਂ ਤੇ, ਮਰਜ਼ੀ ਦੀਆਂ ਕੋਠੀਆਂ ਲੈਣੀਆਂ ਜਿਹੜੀਆਂ, ਇਹ ਗੱਲ ਨਹੀਂ ਉਹ ਬਣਨੀ, ਸਾਨੂੰ ਇਹਦੀ ਪੜ੍ਹਾਈ ਦੀ ਕੋਈ ਲੋੜ ਨਹੀਂ ਗੀ, ਕੰਮ ਇਹਨੂੰ ਘਰ ਦਾ ਕਰਨਾ ਪੈਣਾ ਹੀ ਹੁਣ। ਅੱਛਾ ਤੇ ਤੂੰ ਤੂੰ ਬਾਹਰ ਵਾ ਤੇ ਉਹ ਘਰ ਨਹੀਂ ਗੀ? ਅੱਛਾ ਇਕੱਲੀ ਜਾਣੀ ਰੋਟੀ ਖਾਣ ਵਾਲੀ ਆ, ਠੀਕ ਆ ਤੇਰੀ ਢਾਬੇ ਤੇ ਲਵਾ ਦੇ, ਮੰਗਲ ਢਾਬਾ ਖੁੱਲ੍ਹਾ ਵਾ ਉੱਥੇ ਲਵਾ ਦੇ ਰੋਟੀ ਇਹਦੀ, ਤੇ ਵੱਖਰੇ ਪੈਸੇ ਆਰਡਰ ਦੇ ਘਰ ਆ ਜਾਇਆ ਕਰੂਗੀ, ਜਿੱਦਾਂ ਉਹ ਆਉਂਦੇ ਆ ਪਾਰਸਲ ਲੈ ਕੇ, ਉਹ ਇਹਦੀ ਸਵੇਰੇ ਸ਼ਾਮੀ ਜੋ ਜੋ ਆਰਡਰ ਕਰਿਆ ਕਰੂਗੀ ਫੜਾ ਜਾਇਆ ਕਰਨਗੇ, ਠੀਕ ਆ ਤੇ ਨਾਲ ਹੀ ਲੈ ਜਾ ਇੱਥੇ, ਨਾਲ ਤੈਨੂੰ ਪਤਾ ਲੱਗ ਜੂ ਕਿੰਨਾ ਕੁ ਮੈਨੂੰ ਪਕਾ ਕੇ ਦਿੰਦੀ ਰੋਟੀਆਂ, ਦੋਵੇਂ ਭੁੱਖੇ ਮਰੋਗੇ, ਅੱਗੇ ਤਾਂ ਮਾੜਾ ਮੋਟਾ ਖਾਣਾ ਨਾ ਇੱਥੇ ਰੋਟੀਆਂ ਤੇ ਫਿਰ ਨਹੀਂ ਭੁੱਖਾ। ਅੱਛਾ ਸੁਣ ਲਾ ਮੇਰੀ ਇੱਕ ਗੱਲ, ਅੱਜ ਮੈਂ ਲੱਗੀ ਉਹਨਾਂ ਨੂੰ ਕੰਮ ਵੰਡ ਕੇ ਦੇਣ, ਜੇ ਤੇ ਇਹਨੇ ਕੰਮ ਕਰਨਾ ਵਾ ਤੇ ਇਹਦੀ ਮਰਜ਼ੀ, ਨਹੀਂ ਕਰਨਾ ਤੇ ਫਿਰ ਇਹਦੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਰਹਿਣ ਵਾਸਤੇ,
ਭਰਾਵਾ ਉਹ ਵਿਚਾਰੀ ਕੱਲੀ ਸਾਰੀ ਦਿਹਾੜੀ ਖਾਂਦੀ ਰਹਿੰਦੀ ਰਸੋਈ ਦੇ ਵਿੱਚ, ਇਹ ਟੋਰ ਨਾਲ ਕੇ ਰੋਟੀਆਂ ਪਾ ਕੇ ਖਾ ਕੇ ਤੇ ਭਾਂਡੇ ਵੀ ਉਹਦੇ ਉਹ ਚੁੱਕ ਕੇ ਲਿਆਉਂਦੀ ਅੰਦਰੋਂ। ਇਹ ਬਿਮਾਰ ਵਾ, ਬਿਮਾਰ ਕਰਦੇ ਮੈਂ ਕਰਨੀ ਫੜ ਕੇ, ਜਦੋਂ ਕੰਮ ਨਹੀਂ ਕਰਨਾ ਤੇ ਬਿਮਾਰਾਂ ਵਾਂਗੂ ਪਏ ਰਹਿਣਾ ਵਾ। ਬਾਹਰੋਂ ਕੋਈ ਹੋ ਜੇ, ਕੋਈ ਆ ਜੇ, ਫਿਰ ਕੇ ਚੱਲ ਜੇ, ਤੁਹਾਡੀ ਵਹੁਟੀ ਕਿੱਥੇ ਆ, ਤੁਹਾਡੀ ਨੌਂਹ ਰਾਣੀ ਕਿੱਥੇ ਆ, ਅਸੀਂ ਸ਼ੁਦਾਈਆਂ ਵਾਂਗੂ ਪੋਚੇ ਪਾਉਣ ਨੂੰ। ਇੱਥੇ ਹੀ ਆ ਭੈਣ ਜੀ, ਇੱਥੇ ਹੀ ਆ, ਉਹਦਾ ਨਾ ਉਹ ਪੜ੍ਹਨ ਡਈ ਆ, ਮੋਬਾਈਲ ਤੇ ਕੁਛ ਕਰਨ ਡਈ ਆ। ਚੱਲ ਚੰਗਾ ਹੋਇਆ ਸਾਬੀ ਨੇ ਫੋਨ ਲਾਤਾ ਮੰਮੀ ਨੂੰ, ਜੇ ਕਿਤੇ ਨਾ ਨਾ ਲਾਉਂਦੇ ਤੇ ਇਹਦੇ ਤੇ ਮੈਂ ਕੰਨ ਖਿੱਚਣੇ ਸੀ ਨਾ, ਵੀ ਮੈਂ ਦੱਸਿਆ ਤੇ ਤੁਸੀਂ ਫੋਨ ਕਿਉਂ ਨਹੀਂ ਲਾਇਆ। ਵੇ ਵੇ ਮਾਤਾ ਵੱਲ ਹੁਣ ਕਿੱਦਾਂ ਮਈ ਮਈ ਕਰਨ ਡਈ ਮੁੱਚ ਮੁੱਚ। ਇਹ ਪੁੱਤ ਮੈਂ ਕੀ ਕਿਹਾ, ਮੈਂ ਕੀ ਕਿਹਾ ਕਹਿ ਕੇ ਸਾਰਾ ਕੁਛ ਦੀ, ਹੁਣ ਮੈਂ ਕੀ ਕਿਹਾ, ਮੈਂ ਕੀ ਕਿਹਾ ਦੱਸ ਭਲਾ, ਮੈਂ ਕੰਮ ਨਹੀਂ ਕਰ ਸਕਦੀ। ਇਹ ਕਿੱਦਾਂ ਲੁੱਤੀਆਂ ਲਾਉਣ ਡਈ, ਇਹ ਵੀ ਨਹੀਂ ਘੱਟ ਉੱਦਾਂ। ਨਹੀਂ ਹੁਣ ਕਹਿੰਦੀ ਆ ਵੀ ਮੈਂ ਕੀ ਕੀਤਾ, ਮੈਂ ਕੀ ਕੀਤਾ, ਸੁੱਤੀ ਹਾਂ ਮੈਂ ਤੇ ਕਿੱਦਾਂ ਆਣ ਕੇ ਮੇਰੇ ਤੋਂ ਕੰਬਲ ਖਿੱਚਿਆ ਸੀ ਇਹਨੇ। ਹੈ ਦੱਸ, ਇੱਦਾਂ ਤਾਂ ਲੋਕ ਸੱਤ ਬਗਾਨੇ ਨਾਲ ਵੀ ਨਹੀਂ ਕਰਦੇ ਜਿੱਦਾਂ ਇਹ ਮਾਈ ਮੇਰੇ ਨਾਲ ਕਰਨ ਡਈ ਸੀ। ਵੇ ਤੇ ਸਹੀ, ਹਾਏ ਹਾਏ ਮਾਤਾ ਵੇ ਰੰਗ ਬਦਲਣ ਡਈ, ਇਹ ਕਰਦਾਂਗੇ ਅੱਡ ਵੇ ਹੋ ਜੋ। ਕੋਠੀਆਂ ਤੇ ਪੈਸੇ ਨਹੀਂ ਲਾਏ ਤੇ ਪਹਿਲਾਂ ਤਾਂ ਤੁਹਾਨੂੰ ਹੀ ਮਾਤਾ ਪੈਸੇ ਪਾਉਂਦਾ ਰਿਹਾ, ਹੁਣ ਉਹ ਪਾਉਂਦਾ ਨਹੀਂ ਆ ਤੇ ਵਿਚਲੀ ਗੱਲ ਦਾ ਸਾੜਾ ਤਾਂ ਤੁਹਾਨੂੰ ਆ ਵਾ, ਵੀ ਹੁਣ ਤੁਹਾਨੂੰ ਨੋਟ ਨਹੀਂ ਆਉਂਦੇ, ਹੋਰ ਤਾਂ ਨਹੀਂ ਕੋਈ ਗੱਲ, ਸਾੜਾ ਤਾਂ ਤੁਹਾਨੂੰ ਨੋਟਾਂ ਦਾ ਹੀ ਆ। ਕੋਈ ਕੰਮ ਨਹੀਂ ਚੱਲਣਾ ਭਰਾਵਾ ਇੱਦਾਂ ਦਾ, ਕੰਮ ਕਰਨਾ ਪੈਣਾ ਵਾ। ਚੱਲੀ ਮੈਂ ਵੀ ਉਹਦੀ ਵੱਲ, ਹੁਣ ਮੈਂ ਉਹਦੀ ਖਾਤਰ ਕਰਦੀ ਹਾਂ ਨਾ, ਵੀ ਤੂੰ ਇੱਥੇ ਮੇਰੇ ਨਾਲ ਗੱਲ ਕਰਦੀ ਹੋ, ਜਿਹੜੀ ਕਰਨੀ ਮਨਜੀਤ ਨੇ ਘਰੇ ਹੀ ਆਉਣਾ, ਫਿਰ ਗੱਲ ਹੋ ਜਾਂਦੀ। ਜੇ ਤੈਨੂੰ ਪਤਾ ਨਹੀਂ ਕਿਸੇ ਗੱਲ ਦਾ, ਫੋਨ ਕਰਨ ਚੁੱਕੇ ਕਰਤਾ ਹੀ ਤੇ ਕੱਟ ਦੇ, ਇੱਧਰ ਮੈਂ ਕੱਟੂੰਗੀ। ਹੱਦ ਹੋ ਗਈ ਛੋਕਰੇ ਵਾਲੀ, ਵੇਖੋ ਵੇ ਸਾਡੇ ਤੇ ਨੋਵਾਂ ਚੋਂ ਗੂੰਹ ਨਹੀਂ ਨਿਕਲਿਆ ਹਾਲੇ ਤੱਕ, ਤੇ ਇਹ ਸਾਡੇ ਤੇ ਚੜਾਈਆਂ ਕਰਦੇ ਆ। ਦੱਸਦੀ ਆ ਮੇਰੇ ਪਿਓ ਨੂੰ ਮੈਂ ਹੁਣ ਵੀ ਆਹ ਗੱਲਾਂ ਕਰਦਾ ਹੀ ਕਿਹਾ ਲਾ, ਤੂੰ ਕਰ ਲਾ ਹੁਣ ਕੀ ਕਰਦਾ। ਇਹ ਕਿੱਦਾਂ ਡਈ ਆ, ਜਾ ਦੱਸਿਆ ਡੈਡੀ ਨੂੰ, ਜੋ ਦੱਸਣਾ ਦੱਸ ਦੋ। ਮੈਂ ਡਰਦੀ ਹਾਂ, ਆਊਗੀ ਮਾਤਾ ਤਾਂ ਸਾਂਭ ਲੂੰਗੀ, ਮੈਂ ਵੇਖ ਲੈਂਦੀ ਹਾਂ ਨਾ ਕੀ ਕਹਿੰਦੀ ਆ ਮੈਨੂੰ। ਆਈ ਵੱਡੀ ਨੂੰ ਕਹਿਣਾ ਵਾਲੀ, ਆ ਜੇ ਅੱਜ ਵੇਖਦੀ ਹਾਂ ਨਾ, ਕੱਲ੍ਹ ਹੀ ਮੈਂ ਚੁੱਪ ਰਹੀ, ਹੁਣ ਤਾਂ ਨਹੀਂ ਮੈਂ ਚੁੱਪ ਰਹਿਣਾ, ਜੋ ਹੋਊ ਅੱਜ ਮੇਰੇ ਕੋਲ ਮੈਂ ਵੀ ਕਰ ਲਊ। ਅੱਡ ਹੋਣ ਨੂੰ ਤਾਂ ਮੈਂ ਫਿਰਦੀ ਸੀ, ਜੇ ਲੜਾਈ ਪਾਇਆ ਅੱਡ ਹੋ ਜੂਗੀ ਮੈਂ, ਤੇ ਹੋਰ ਕੀ ਚਾਹੀਦਾ ਵਾ। ਜੇ ਕੰਮ ਇੱਦਾਂ ਨਹੀਂ ਤਾਂ ਇੱਦਾਂ ਸਹੀ, ਸਾਬੀ ਨੂੰ ਤਾਂ ਮੈਂ ਸੱਦ ਕੇ ਰਹੂੰਗੀ, ਇਹਨਾਂ ਨੇ ਮੈਨੂੰ ਕੱਲ੍ਹ ਨੂੰ ਦੁਬਾਰੇ ਆਉਣ ਨਹੀਂ ਦੇਣਾ, ਕਿਉਂਕਿ ਉਹ ਆਊਗਾ ਤਾਂ ਹਿਸਾਬ ਕਿਤਾਬ ਕਰੂਗਾ ਇਹਨਾਂ ਦਾ, ਮੈਨੂੰ ਇਹਨਾਂ ਨੇ ਕੱਲ੍ਹ ਨੂੰ ਕੀ ਸਮਝਣਾ। ਗੱਲ ਸੁਣ, ਅੰਦਰ ਕੀ ਗੱਲ, ਅੰਦਰ ਬੜਾ ਰੌਲਾ ਪਾਉਂਦੇ ਆ, ਮੈਨੂੰ ਇੱਥੇ ਬਾਹਰ ਸੁਣਦੇ ਆ। ਰੌਲਾ ਪਾਉਣ ਨਹੀਂ ਡਈ, ਰੌਲਾ ਪਾਉਣ ਡਿਆ ਵਾ, ਤੇਰੇ ਲਾਡਲੇ ਦਾ ਫੋਨ ਆਇਆ ਈ ਓ। ਕੀ ਕਹਿੰਦਾ ਵਾ? ਆਹ ਜਿਹੜੀ ਮੈਡਮ ਅੰਦਰ ਬੜੀ ਗੁੰਮ ਸੁੰਮ ਹੋ ਕੇ, ਨਾ ਇਹ ਕਿਸੇ ਕੰਮ ਦੀ ਨਾ ਕਾਰ ਦੀ ਤੇ ਵਿਹਲੜਨ ਨਾਲ ਦੀ, ਇਹਨੇ ਸਾਰੇ ਫੋਨ ਕਰ ਕਰਕੇ ਤੇ ਉਹਦੇ ਕੰਨ ਭਰੇ ਮਨਜੀਤ ਦੇ, ਉਹਨੇ ਮੈਨੂੰ ਬੜਾ ਬੋਲਿਆ ਮਾੜਾ ਚੰਗਾ। ਕੀ ਕਹਿੰਦਾ ਵਾ? ਆਂਦਾ ਤੂੰ ਇਹ ਮੰਮੀ ਕੀ ਕਰਦੀ ਫਿਰਦੀ ਆ, ਵੀ ਬਹੁਤ ਕੁਝ ਬੋਲਿਆ, ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦੀ, ਮੈਂ ਤਾਂ ਉੱਥੇ ਪਾ ਹੀ ਬਥੇਰਾ। ਆਂਦਾ ਆ ਕੋਠੀ ਲੈਣੀ ਓ, ਕਿਹੜੀ? ਆਹ ਵਾਲੀ, ਉਹਦੀ ਤੇ ਉਹ ਬਣਾ ਕੇ ਦੇਣ ਡੇ ਆ, ਉਹ ਬਣ ਗਈ, ਸਭ ਕੁਝ ਬਣ ਗਈ ਆ ਨਾ। ਆਂਦਾ ਮੈਂ ਉਹ ਲੈਣੀ ਆ, ਬੜੀ ਬਣਾਤੀ ਲੈਣੀ ਆ। ਉਹਨੂੰ ਕੀ ਗੱਲ ਵਾ? ਮੈਨੂੰ ਨਹੀਂ ਪਤਾ ਕੀ ਗੱਲ ਤੇ, ਪਰ ਦੇਣੀ ਉਹਨੂੰ ਅਸੀਂ ਉਹੋ ਹੀ ਆ। ਤੇ ਉਹ ਜਾਣ ਦੋਵੇਂ ਜੀ ਉਧਰ ਰਹਿਣ, ਕੋਈ ਗੱਲ ਨਹੀਂ ਰਹਿਣ। ਹੁਣ ਆਪਣਾ ਰਘਬੀਰ ਵਾ, ਸਾਰੀ ਦਿਹਾੜੀ ਕੰਮ ਕਰਦਾ ਖੱਪਦਾ, ਸਾਰਾ ਕੰਮ ਉਹਨੇ ਇਹ ਕੋਠੀ ਦਾ ਕਰਾਇਆ, ਸਾਰਾ ਉਹਨੇ ਉਹ ਦਾ ਕਰਾਇਆ, ਕੀ ਗੱਲ ਉਹਨੂੰ ਚੱਜ ਦਾ ਕੁਛ ਨਹੀਂ ਦੇਣਾ? ਉਹ ਤਾਂ ਕਮਾਉਣ ਡਿਆ ਵਾ ਆਪਣਾ, ਜਿੱਦਾਂ ਦਾ ਮਰਜ਼ੀ ਕੰਮ ਕਰਾਵੇ ਮਿਸਤਰੀਆਂ ਕੋਲੋਂ।
ਆ ਤੇ ਮਹਾ ਕਿਤੇ ਕੀਤਾ ਕੰਮ ਨਿਆਣੇ ਵਿਚਾਰੇ ਨੇ ਅਸੀਂ ਨਾਲ ਲਾ ਕੇ ਕਰਾਇਆ ਵਾ ਉਹ ਕਿੱਥੋਂ ਇੰਨੇ ਪੈਸੇ ਕਿੱਥੋਂ ਲਾਊਗਾ ਮੁੜ ਕੇ ਹੌਲੀ ਬੋਲ ਇੰਨੀ ਤੱਤੀ ਤੂੰ ਵੀ ਨਾ ਬੋਲ ਤੱਤੀ ਨਾ ਹੋਰ ਤੁਸੀਂ ਕਿੱਥੋਂ ਆਏ ਆ ਉਹ ਮੈਂ ਤੇ ਆਪਣੇ ਡੰਗਰ ਦੇ ਪੱਠੇ ਰਲਾਉਣ ਡਿਆ ਸੀ ਤੇ ਮੁੰਡੇ ਦਾ ਪਤਾ ਨਹੀਂ ਰਬੀਦਾ ਕਿੱਥੇ ਚੱਲ ਗਿਆ ਤੇ ਗੋਆ ਜੀ ਉਦਾਂ ਹੀ ਅੰਦਰ ਆਇਆ ਤੁਸੀਂ ਤੇ ਪਹਿਲਾਂ ਕਿੱਥੋਂ ਆਏ ਕੌਣ ਤੁਸੀਂ ਪਹਿਲਾਂ ਮੈਂ ਬੰਬੀ ਤੇ ਗਿਆ ਜਦੋਂ ਬੰਬੀ ਤੇ ਗਿਆ ਨਾ ਉਦੋਂ ਹੀ ਪੱਠੇ ਕੁਦਰ ਕੇ ਆ ਬਾਹਰ ਨਿਕਲ ਗਿਆ ਹੋਣਾ ਵਾ ਤੇ ਗੋਆ ਸੁੱਟ ਲੈਂਦਾ ਸਾਰਾ ਦਿਨ ਪਿਆ ਵਾ ਤੁਸੀਂ ਉਹਨੂੰ ਵਿਚਾਰੇ ਨੂੰ ਕੀ ਕਹਿੰਦੇ ਨਿਆਣੇ ਨੇ ਉਹ ਚੱਲ ਕੋਈ ਗੱਲ ਨਹੀਂ ਧੀਆਂ ਪੁੱਤਾਂ ਨੂੰ ਏਦਾਂ ਨਹੀਂ ਆਖੀ ਜਾਂਦਾ ਕੋਈ ਗੱਲ ਨਹੀਂ ਕੋਈ ਆਪਾਂ ਸਮਾਂ ਨਹੀਂ ਜਾਣਾ ਮੇਰੇ ਸਿਰ ਚ ਛਿੱਤਰ ਮਾਰਨ ਸਾਡੇ ਅਸੀਂ ਬਈ ਕੇ ਖਾ ਲਈਏ ਵੀ ਮਾਰੋ 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 ਸਾਡੇ ਇੰਨੀ ਤੱਤੀ ਨਾ ਹੋ ਨਾ ਹੋ ਆਪਣੇ ਘਰ ਆਉਣਾ ਪੈਣਾ ਵਾ ਤੁਸੀਂ ਬਾਬਾ ਸਾਡੇ ਘਰ ਦਾ ਪਾਜ ਨਿਕਲਣਾ ਵਾ ਹਾਏ ਤੁਸੀਂ ਵੀ ਮੁੰਡਿਆਂ ਦੀ ਸਪੋਰਟ ਕਰੀ ਜਾਂਦੇ ਆ ਤੁਸੀਂ ਮੇਰੀ ਵੀ ਗੱਲ ਸੁਣ ਲਿਆ ਕਰੋ ਕਿਸੇ ਵੇਲੇ ਮੈਂ ਵੀ ਚੰਗੀ ਗੱਲ ਕਰਦੀ ਆ ਮਾੜੀ ਨਹੀਂ ਕਰਦੀ ਮੈਂ ਤੇ ਆਂਦਾ ਮੈਂ ਚੰਗੀ ਕਰਦੀ ਆ ਪਰ ਇਹਨੇ ਬੜਾ ਦੁੱਖ ਦੇ ਦਿੱਤਾ ਜੀ ਹੁਣ ਮੈਂ ਲੱਗੀ ਹੋਈ ਇਹਨਾਂ ਦੇ ਕੰਮ ਮੰਡ ਕੇ ਦੇਣ ਮੈਨੂੰ ਨਹੀਂ ਪਤਾ ਮੁੜ ਕੇ ਨਾ ਮੈਨੂੰ ਆਖੇ ਧੀਆਂ ਪੁੱਤਾਂ ਦੇ ਆਖਰੇ ਤੇ ਬੰਦਾ ਉੜਦਾ ਫਿਰਦਾ ਵਾ ਵੀ ਸਾਡੇ ਆਪਣੇ ਆ ਅਸੀਂ ਨੌਵਾਂ ਲਿਆਵਾਂਗੇ ਪੱਕੀਆਂ ਖਾਵਾਂਗੇ ਲੰਘ ਗਿਆ ਚੰਗੇ ਦਿਨ ਸਾਡੇ ਹੁਣ ਸਰ ਗਿਆ ਵਾ ਸਾਡਾ ਵੇਲੇ ਸਿਰ ਹੀ ਚੱਲ ਏਦਾਂ ਕਰ ਦਾੜ ਵੱਟ ਜਮਾਨਾ ਕੱਢ ਭਲੇ ਦੇ ਨਹੀਂ ਆਉਣਗੇ ਏਦਾਂ ਕਹਿ ਕੇ ਸਾਰ ਦਿਆ ਕਰੋ ਫਿਰ ਮਾਨਾ ਬਹਿ ਕੋਈ ਨਹੀਂ ਤੱਤੀ ਨਾ ਹੋਵੇ ਆਹੋ ਸਾਰਾ ਪਾਣੀ ਵੇਲੋ ਕੋਠੇ ਦੇ ਵਿੱਚ ਹੀ ਚੀਰ ਗਿਆ ਵਾ ਕਿੰਨੀ ਵਾਰੀ ਆਖਿਆ ਵੀ ਇਹਨਾਂ ਦਾ ਟੈਲਾ ਲਵਾ ਦਿਓ ਟੈਲਾ ਲਵਾ ਦਿਓ ਆਉਂਦੇ ਵੀ ਜਿੰਨਾ ਚਿਰ ਉਹ ਕੋਠੇ ਤਿਆਰ ਨਹੀਂ ਨਾ ਹੁੰਦੇ ਉਹਨਾਂ ਚਿਰ ਇੱਥੇ ਨਹੀਂ ਟੈਲਾ ਲੱਗਣੀ ਆ ਤੇ ਪਰ ਇਹ ਵੀ ਤੇ ਕੋਠਾ ਖਰਾਬ ਹੋਣ ਡਿਆ ਹੁਣ ਜਿੰਨਾ ਕੁ ਹੈਗਾ ਕੱਢ ਦਿੰਦੀ ਆ ਸਾਰਾ ਸਾਡੀ ਉਹਦੇ ਵਿੱਚ ਪਾਣੀ ਚੱਲ ਗਿਆ ਹੋਣਾ ਤੇ ਸਾਡੀ ਅਗਾੜ ਹੀ ਜਾਣਾ ਜੇ ਮੈਂ ਨਹੀਂ ਨਾ ਆਈ ਤੇ ਉਹ ਮੈਡਮ ਵੀ ਨਹੀਂ ਉੱਤੇ ਚੜੀ ਫਿਕਰ ਹੈ ਨਹੀਂ ਉਹਨੂੰ ਪਤਾ ਮੈਂ ਤੇ ਉੱਧਰ ਚੱਲ ਜਾਣਾ ਇਹਨਾਂ ਦੇ ਬੰਦੇ ਹੀ ਆਉਣੇ ਆ ਇਹ ਖਰਾਬ ਹੋਣ ਜੋ ਮਰਜ਼ੀ ਹੋਣ ਸਾਰਾ ਪਾਣੀ ਕੋਠੇ ਦੇ ਵਿੱਚ ਜੀਰ ਗਿਆ ਲੈਂਟਰ ਚ ਉਹਦੇ ਵੰਡੇ ਨੀ ਆਉਣਾ ਇਹ ਅਸੀਂ ਆਪਣੇ ਵੰਡੇ ਲਿਆਉਣਾ ਵਾ ਉਹ ਤਾਂ ਅੱਗੇ ਮੰਗਣ ਡਿਆ ਵਾ ਇਹ ਮੰਮੀ ਉਹ ਵਾਲਾ ਮੈਂ ਦੇਣਾ ਵਾ ਉਹਨੂੰ ਮੈਂ ਕਿਹਾ ਇਹਦੇ ਵੱਲੋਂ ਕਹਿੰਦੀ ਆ ਆਹ ਤਾਂ ਅਸੀਂ ਰੱਖਣਾ ਵਾ ਇਹਦਾ ਸਾਨੂੰ ਹੀ ਕਰਨਾ ਪੈਣਾ ਜੋ ਕਰਨਾ ਮੰਮੀ ਇਹਦੀ ਫਿਰ ਟੈਲਾ ਟੂਲਾ ਲਵਾ ਲਈਏ ਲੈਂਟਰ ਖਰਾਬ ਹੋ ਜਾਣਾ ਆਪੇ ਹੁਣ ਮਿਸਤਰੀ ਡਏ ਆ ਨਾ ਉਹ ਆਂਦੇ ਜਦੋਂ ਟੈਲਾ ਉੱਤੇ ਲਾਉਣੇ ਉਦੋਂ ਸਾਰੀਆਂ ਇਕੱਠੀਆਂ ਲੱਗ ਜਾਣਗੀਆਂ ਇੱਕੋ ਵਾਰ ਇੱਕੋ ਜਿਹੀਆਂ ਆ ਜਾਣਗੀਆਂ ਸਾਰੀਆਂ ਮੁੜ ਕੇ ਫੇਰ ਹੜਨਾ ਲੜੂਗਾ ਮੈਨੂੰ ਮਾੜੀਆਂ ਲਿਆਤੀਆਂ ਚੰਗੀਆਂ ਲਿਆਤੀਆਂ ਵਾ ਨਾ ਉਹਦੇ ਕੋਲੇ ਜੇ ਠੰਡ ਪਾਵਾਂਗੇ ਉਹ ਆਊਗਾ ਨਾ ਉਦੋਂ ਟੈਲਾ ਲਿਆਵਾਂਗੇ ਤੇ ਨਿਕਲੀ ਮੈਡਮ ਬਾਹਰ ਕਿ ਨਹੀਂ ਅਜੇ ਉਹ ਤੈਨੂੰ ਦੱਸਣ ਆਈ ਆ ਮੈਡਮ ਨੇ ਤਾਂ ਆਪਣੇ ਬੰਦੇ ਨੂੰ ਭੜਕਾ ਕੇ ਤੇ ਮੇਰੇ ਦੁਆਲੇ ਕਰਾ ਤਾ ਮੈਂ ਤੇਰੇ ਡੈਡੀ ਨੂੰ ਦੱਸ ਕੇ ਆਈ ਹੁਣ ਮੰਮੀ ਤੁਹਾਨੂੰ ਕਿੱਦਾਂ ਪਤਾ ਉਹ ਬੰਦੇ ਨੂੰ ਭੜਕਾ ਫੋਨ ਆਇਆ ਮੈਨੂੰ ਮਨਜੀਤ ਦਾ ਅੱਛਾ ਬਹੁਤ ਬੋਲਿਆ ਵਾ ਚੱਲ ਅੱਛਾ ਦਫਾ ਕਰ ਤੂੰ ਉਹਦੀਆਂ ਗੱਲਾਂ ਨੂੰ ਮੈਂ ਤੈਨੂੰ ਨਹੀਂ ਟੈਨਸ਼ਨ ਦੇਣਾ ਚਾਹੁੰਦੀ ਹੁਣ ਮੈਂ ਲੱਗੀ ਉਹ ਕੰਮ ਵੰਡਣ ਹੁਣ ਤੂੰ ਦੱਸ ਦੇ ਵੀ ਕਿਹੜਾ ਕੰਮ ਤੈਨੂੰ ਮਨਜ਼ੂਰ ਵਾ ਮੰਮੀ ਜਿਹੜਾ ਮਰਜ਼ੀ ਤੁਸੀਂ ਮੈਨੂੰ ਦੇ ਦਿਓ ਮੈਨੂੰ ਤਾਂ ਸਾਰੇ ਕੰਮ ਗਾਖੇ ਮੈਂ ਜਿਹੜਾ ਮਰਜ਼ੀ ਕਰ ਲੂੰਗੀ ਠੀਕ ਆ ਫਿਰ ਉਹਨੂੰ ਫਿਰ ਮੈਂ ਕਹਿੰਦੀ ਹਾਂ ਵੀ ਤੂੰ ਰੋਟੀਆਂ ਪਕਾ ਜਾਂ ਮੈਂ ਕਹੂੰਗੀ ਤੂੰ ਝਾੜੂ ਪੋਚਾ ਕਰ ਉਹ ਨਾ ਰੋਟੀਆਂ ਦੀ ਜ਼ਿੰਮੇਵਾਰੀ ਉਹਨੂੰ ਦੇ ਕੇ ਤੇ ਮੁੜ ਕੇ ਆਪਾਂ ਭੁੱਖੇ ਬੈਠੇ ਰਹੀਏ ਹੁਣ ਵੇਖ ਲਓ ਉਹਨੂੰ ਪੁੱਛ ਲਓ ਕੀ ਆਉਂਦੀ ਆਹੋ ਮੁੜ ਕੇ ਪੁੱਛੂ ਕਿੰਨੀਆਂ ਖਾਣੀਆਂ ਵਾ ਆਹੋ ਗਿਣ ਗਿਣ ਕੇ ਲੰਮਦੀ ਅਸੀਂ ਜੇ ਚਾਰ ਖਾਣੀਆਂ ਉਹਨੂੰ ਚਾਰ ਦੱਸਾਂਗੇ ਤੇ ਉਹ ਦੋਵਾਂ ਵਰਗੀਆਂ ਚਾਰ ਲਾ ਦੂ ਇੰਨੇ ਨੇ ਪੇੜੇ ਕਰਕੇ ਨਾ ਹੀ ਭੁੱਖੇ ਤੇ ਨਾ ਰੱਜੇ ਤੇਰਾ ਡੈਡੀ ਸੁੱਕ ਨਾ ਜਵਾਨ ਕਿੰਨੀਆਂ ਰੋਟੀਆਂ ਖਾਂਦਾ ਵੇਖ ਲਓ ਮਰਜ਼ੀ ਕੀ ਨਹੀਂ ਮੈਂ ਚੱਲ ਅੱਛਾ ਇੱਕ ਦਿਨ ਥੋੜੀਆਂ ਲਾਓ ਅਗਲੇ ਦਿਨ ਫਿਰ ਆਪੇ ਜਦੋਂ ਮੁੱਕ ਜਾਣਗੀਆਂ ਦੋਹਰੇ ਲਾਓਗੇ ਪਤਾ ਲੱਗ ਜੂ ਲਾਉਣ ਦਾ ਮੰਮੀ ਹੁਣ ਤੁਸੀਂ ਵੀ ਜਿੱਦ ਫੜੀ ਆ ਰਹਿਣ ਦਾ ਦਫਾ ਕਰੋ ਕੰਮ ਤਾਂ ਸਾਰਾ ਹੋ ਹੀ ਜਾਣ ਡਿਆ ਵਾ ਚਲ ਥੋੜੀ ਤੰਗੀ ਤੇ ਹੈਗੀ ਆ ਇਹ ਕੰਮ ਨਹੀਂ ਚੱਲਣਾ ਇੱਕ ਜਾਣੀ ਮਾਰ ਰਾਜ ਦੁਬਾਰੇ ਚੜ ਕੇ ਬੈਠੀ ਰਹੋ ਤੇ ਇੱਕ ਜਾਣੀ ਨੌਕਰਾਣੀ ਬਣ ਕੇ ਬੈਠੀ ਰਹੋ ਮੇਰੇ ਵਾਸਤੇ ਦੋਵੇਂ ਇੱਕੋ ਜਿਹੀਆਂ ਮੈਂ ਬੜਾ ਕੁਛ ਵੇਖ ਲਿਆ ਉਹਦੇ ਮੂੰਹ ਵੱਲ ਹੁਣ ਮੈਨੂੰ ਸਾਰੀ ਸਮਝ ਲੱਗ ਗਈ ਆ ਵੀ ਜੋ ਕੁਛ ਉਹਦੇ ਵਿੱਚ ਹੈਗਾ ਵਾ ਉਹ ਮਾਰਦੀ ਆ ਲੜਾਈ ਨੂੰ ਵਾਜਾਂ
ਉਹ ਹਟ ਕੇ ਰੋਹ ਪਾ ਪਾ ਕੇ ਨਾ ਮੰਮਾ 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 ਜੀ ਮੰਮਾ ਜੀ ਕਹਿ ਕਹਿ ਕੇ ਮੈਨੂੰ ਤਾਂ ਉਹਨੇ ਪੈਰਾਂ ਤੇ ਜਿਦਾਨੇ ਹੁੰਦੇ ਆ ਵੀ ਗੱਲਾਂ ਕਰਨ ਵਾਲੀ ਗੱਲ ਮੈਂ ਉਹਦੇ ਉੱਤੇ ਚੜ ਗਈ ਵੀ ਬੜੀ ਸੋਹਣੀ ਬੜੀ ਚੰਗੀ ਸੋਹਣਾ ਸਭ ਕੁਛ ਬੋਲਦੀ ਬੜਾ ਸੋਹਣਾ ਸੀ ਤੇ ਹੁਣ ਇੱਕਦਮ ਬੋਲੀ ਵੀ ਬਦਲ ਗਈ ਆਹੋ ਪਰਮਾ ਲਿਆ ਉਹਨੇ ਮੈਨੂੰ ਤੇ ਕੋਈ ਨੀ ਮੈਂ ਉਹਨੂੰ ਕਹਿੰਦੀ ਹਾਂ ਵੀ ਨਹੀਂ ਜੇ ਰੋਟੀਆਂ ਪਕਾਉਣੀਆਂ ਇੱਕ ਦਿਨ ਤੂੰ ਪਕਾ ਤੇ ਇੱਕ ਦਿਨ ਉਹ ਪਕਾਵੇ ਝਾੜੂ ਪੋਚਾ ਇੱਕ ਦਿਨ ਤੂੰ ਕਰ ਇੱਕ ਦਿਨ ਉਹ ਕਰੇ ਕੱਪੜੇ ਇੱਕ ਦਿਨ ਵੰਡ ਵਰਤ ਕੇ ਦੋਵੇਂ ਜਾਣੇ ਨਾ ਧੋ ਚਲੋ ਠੀਕ ਉਹ ਮਹਾਰਾਣੀ ਨਹੀਂ ਵੀ ਉਹ ਬੱਚੇ ਰਾਜ ਦੇ ਦੇਖਦੇ ਹਾਂਜੀ ਮੈਡਮ ਜੀ ਪੀ ਲਿਆ ਚਾਹ ਪਾਣੀ ਹਾਂਜੀ ਮੰਮਾ ਜੀ ਪੀ ਲਿਆ ਪਿੰਨੀ ਵੀ ਖਾਧੀ ਹਾਂਜੀ ਖਾ ਲਈ ਜੀ ਤੇ ਪਿੰਨੀ ਬਹੁਤ ਖਾਧੀ ਆ ਤੇ ਫਿਰ ਪਿੰਨੀ ਦਾ ਕੋਈ ਅਸਰ ਵੀ ਕੱਢੋ ਪਚਾਓ ਪਿੰਨੀ ਨੂੰ ਮਤਲਬ ਪਚਾਓ ਅੱਛਾ ਮਤਲਬ ਹੀ ਹੁਣ ਮੈਂ ਹੀ ਦੱਸਣੇ ਤੈਨੂੰ ਸਾਰੇ ਤੇ ਕਿਉਂ ਕੀ ਹੋਇਆ ਦੱਸੋ ਨਾ ਫਿਰ ਪਹਿਲੀ ਗੱਲ ਮੈਨੂੰ ਇਹ ਦੱਸ ਜਦੋਂ ਮੇਰੇ ਨਾਲ ਤੇਰੀਆਂ ਸਾਰੀਆਂ ਗੱਲਾਂ ਇੱਥੇ ਹੋ ਗਈਆਂ ਸੀ ਤੇ ਐਡੀ ਮਨਜੀਤ ਨੂੰ ਵੀ ਫੋਨ ਕਰਨ ਦੀ ਕੀ ਲੋੜ ਕੀ ਭਾਰ ਡਿੱਗ ਗਿਆ ਤੇਰੇ ਉੱਤੇ ਮੁੜ ਕੇ ਕੱਲ ਨੂੰ ਉਹ ਕਹਿਣਗੇ ਮੈਨੂੰ ਘਰ ਦੀ ਕੋਈ ਗੱਲ ਹੀ ਨਹੀਂ ਪਤਾ ਹੁੰਦੀ ਤੇ ਮੇਰਾ ਫਰਜ਼ ਨਹੀਂ ਉਹਨਾਂ ਨੂੰ ਵੀ ਦੱਸਣਾ ਚੰਗੀਆਂ ਗੱਲਾਂ ਨਾ ਦੱਸੀ ਤੇ ਪੁੱਠੀਆਂ ਗੱਲਾਂ ਭਾਵੇਂ ਰੋਜ਼ ਦੱਸ ਦਿਆ ਕਰ ਜਿਹੜੀ ਮਹਾਰਾਣੀ ਬਣੀ ਰਹਿੰਦੀ ਇਹ ਵੀ ਦੱਸਿਆ ਕਰ ਨਾ ਮੈਂ ਨਹੀਂ ਕੋਈ ਕੰਮ ਕਰਦੀ ਵਿਹਲੀ ਰਹਿੰਦੀ ਆ ਇਹ ਵੀ ਦੱਸਿਆ ਕਰ ਉਹਨੂੰ ਪਤਾ ਲੱਗੇ ਤੇ ਕੀ ਕਰਾਂ ਕੰਮ ਮੈਂ ਤੇ ਨੌਕਰ ਰੱਖੇ ਕੰਮ ਵਾਸਤੇ ਤੇ ਕਰਨ ਤੇ ਡੇ ਆ ਦੀਦੀ ਉਹ ਕਰਨ ਡੇ ਆ ਨਾ ਠੀਕ ਆ ਉਹਨਾਂ ਕਰ ਲਿਆ ਜਿੰਨਾ ਕਰਨਾ ਵਾ ਹੁਣ ਉੱਠੋ ਝਾੜੂ ਪੋਚਾ ਲਾਉਣਾ ਵਾ ਕਿ ਪ੍ਰਸ਼ਾਦਾ ਪਾਣੀ ਪਕਾਉਣਾ ਵਾ ਮੈਂ ਨਹੀਂ ਜੀ ਕੁਛ ਵੀ ਕਰਨਾ ਠੰਡ ਕਿੰਨੀ ਆ ਮੰਮਾ ਮੈਂ ਨਹੀਂ ਹਜੇ ਕਰਨਾ ਜਦੋਂ ਠੰਡ ਹਟ ਜਾਏਗੀ ਨਾ 2 ਮਹੀਨੇ ਬਾਅਦ ਮੈਂ ਆਪੇ ਕਰ ਲਿਆ ਕਰੂੰਗੀ ਕੰਮ ਤੇ ਠੰਡ ਵਿੱਚ ਢਿੱਡ ਨੂੰ ਭੁੱਖ ਨਹੀਂ ਲੱਗਦੀ ਚਾਹ ਵੀ ਪੀਲੀ ਠੰਡ ਤੇ ਪਿੰਨੀਆਂ ਵੀ ਖਾ ਲੀਆਂ ਵਾ ਤੇ ਠੰਡ ਵਿੱਚ ਕੰਮ ਕਿੰਨੇ ਕਰਨਾ ਉਹਦੇ ਵਿੱਚ ਲੋਹਾ ਠੁਕਿਆ ਜਿਹੜੀ ਕੰਮ ਕਰਦੀ ਉਹ ਠੰਡ 'ਚ ਨਹੀਂ ਹੁੰਦੀ ਮੇਰਾ ਧਿਆਨ ਰੱਖੋਗੇ ਵੀ ਮੈਂ ਕੀ ਖਾਂਦੀ ਆ ਤੇ ਕੀ ਨਹੀਂ ਖਾਂਦੀ ਰੱਖਣਾ ਪੈਣਾ ਪੱਕਾ ਰੱਖਣਾ ਪੈਣਾ ਜਿਹੜਾ ਬੰਦਾ ਕੰਮ ਨਾ ਕਰੂਗਾ ਉਹ ਖਾਂਦਾ ਹਰ ਇੱਕ ਨੂੰ ਦਿਖਣਾ ਵਾ ਉਹਦਾ ਪਾਇਆ ਵੀ ਹਰ ਇੱਕ ਨੂੰ ਦਿਖਣਾ ਵਾ ਤੇ ਕੋਈ ਨਹੀਂ ਮੈਂ ਆਪਣੇ ਜੋਗਾ ਕਰ ਲੂੰਗੀ ਫੇਰ ਉਹ ਗੱਲ ਤੈਨੂੰ ਮੈਂ ਕੱਲ ਸਭ ਕੁਝ ਦੱਸਿਆ ਜੇ ਵੀ ਆਪਣੇ ਜੋਗੇ ਦਾ ਮਤਲਬ ਕੀ ਹੋਇਆ ਮੈਂ ਨਹੀਂ ਕਰਨਾ ਮੰਮੀ ਜਦੋਂ ਮੌਸਮ ਹੋ ਜਾਊਗਾ ਨਾ ਸਹੀ ਮੈਂ ਆਪਣੇ ਆਪ ਕਰ ਲਾਂਗੀ ਕੰਮ ਮੈਨੂੰ ਕਹਿਣ ਦੀ ਫਿਰ ਲੋੜ ਹੀ ਨਹੀਂ ਵੇਖੋ ਮੈਂ ਆਪਣੇ ਆਪ ਹੀ ਕਰ ਲੈਣਾ ਵਾ ਭੈਣੇ ਮੌਸਮ ਲੰਘ ਗਿਆ ਜਿਆਦੀ ਠੰਡ ਵਾਲਾ ਹੁਣ ਨਹੀਂ ਮੌਸਮ ਹੈਗਾ ਠੰਡ ਵਾਲਾ ਹੁਣ ਬਾਹਰ ਨਿਕਲ ਤੇ ਬਹੁਤ ਸੋਹਣਾ ਨਿੱਘਾ ਵਾ ਤੇ ਉੱਠ ਕੇ ਤੇ ਝਾੜੂ ਫੇਰ ਲਾ ਜਾਂ ਰੋਟੀਆਂ ਪਕਾ ਲਾ ਹੁਣ ਮੈਨੂੰ ਦੱਸ ਦੇ ਕੀ ਕਰਨਾ ਮੈਂ ਤੈਨੂੰ ਦੋਹਰੇ ਕਹਿਤਾ ਹੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਕੋਈ ਕੰਮ ਨਹੀਂ ਕਰਨਾ ਜੇ ਤੁਸੀਂ ਬਹੁਤਾ ਕਿਨੇ ਨਾ ਝਾੜੂ ਫੇਰ ਲੈਣੀ ਆ ਝਾੜੂ ਨਹੀਂ ਫੇਰਨਾ ਫਿਰ ਕੱਲਾ ਹੁਣ ਫਿਰ ਤੁਸੀਂ ਗਾਂ ਦੀ ਗਾਂ ਵੱਧਦੇ ਜਾਓਗੇ ਪੋਚੇ ਵੀ ਲਾਉਣੇ ਆ ਪੋਚੇ ਨਹੀਂ ਮੈਂ ਲਾਉਣੇ ਮੈਂ ਕਦੇ ਝਾੜੂ ਲਾਉਣਾ ਨਹੀਂ ਕੁੜੀ ਕੋਠੇ ਤੇ ਪੂੰਜਣ ਗਈ ਪਾਣੀ ਜਿਹੜਾ ਖਲੋਤਾ ਵਾ ਤੇਰਾ ਕਿਤੇ ਇੰਨਾ ਨੀ ਸਾਨੂੰ ਆਸਰਾ ਕੋਠੇ ਚੜ੍ਹਦੀ ਵਾਲ ਸੁਕਾਉਣੀ ਕਦੀ ਕੁਛ ਕਰਦੀ ਕਦੀ ਫੋਟੋ ਲਾਉਣੀ ਆ ਮੈਂ ਕਿਹੜਾ ਉਹਨੂੰ ਸੁਣਾ ਦਿੱਤਾ ਵੀ ਕੋਠੇ ਤੇ ਚੜ੍ਹ ਮੈਂ ਇੱਕ ਵਾਰੀ ਵੀ ਕਿਹਾ ਕੋਠੇ ਤੇ ਜਾ ਕੇ ਉਦੋਂ ਤੇਰੇ ਵਰਗੀ ਪਾਣੀ ਵੀ ਡੋਲ ਲਿਆ ਪਾਣੀ ਵੀ ਸਾਫ ਹੁੰਜ ਰਿਆ ਕਰੇ ਮਾਸਾ ਵੀ ਇਹ ਵੀ ਖਲੋਤਾ ਸਾਡੇ ਸਿਰ ਚ ਚਿਮਕਣੇ ਪੈਣਗੇ ਸਾਡੀਆਂ ਛੱਤਾਂ ਖਰਾਬ ਹੋ ਜਾਣਗੀਆਂ ਕੋਠੀਆਂ ਦੇ ਮਾਲਕ ਬਣ ਨੂੰ ਤੇ ਤੇਰਾ ਬੜਾ ਜੀ ਕਰਦਾ ਵਾ ਤੈਨੂੰ ਇੰਨਾ ਨੀ ਪਤਾ ਲੱਗਦਾ ਤੇ ਮੈਂ ਕਿਹੜਾ ਨਾ ਭੇਜਿਆ ਵਾ ਤੁਸੀਂ ਜਾਣ ਕੇ ਮੇਰੇ ਤੇ ਆਣ ਕੇ ਬੋਲਣ ਲੱਗ ਪੈਂਦੇ ਉਹਨੂੰ ਦੇਖਦਾ ਵਾ ਕੰਮ ਤੇ ਤੈਨੂੰ ਨਹੀਂ ਦੇਖਿਆ ਤੇਰੀਆਂ ਅੱਖਾਂ ਤੇ ਵੱਡੀ ਆ ਪੱਟੀ ਮੈਂ ਕਹਿਣ ਦੇਈ ਨਾ ਮੈਂ ਰੋਟੀ ਖਾ ਕੇ ਤੇ ਝਾੜੂ ਮਾਰ ਦਿੰਨੀ ਆ ਰੋਟੀਆਂ ਖਾਲੀ ਪੱਕੀਆਂ ਇਹ ਤਾਂ ਉਹ ਤੋਂ ਨਹੀਂ ਇਹ ਕੰਮ ਕਰਨਾ ਤੇ ਫੇਰ ਉਹਨੇ ਰੋਟੀਆਂ ਪਕਾਉਣੀਆਂ ਅਜੇ ਤੇ ਫੇਰ ਰੋਟੀਆਂ ਖਾਣੀਆਂ ਸਾਰਿਆਂ ਨੇ ਚਲੋ ਫਿਰ ਮੈਂ ਝਾੜੂ ਮਾਰ ਦਿੰਨੀ ਆ ਝਾੜੂ ਮਾਰਨਾ ਤੇ ਪੋਚਾ ਲਾਉਣਾ ਹੀ ਪੋਚਾ ਨਹੀਂ ਮੈਂ ਰੋਜ਼ ਲਾਉਣਾ ਠੰਡ ਕਿੰਨੀ ਆ ਤੇ ਸਰਦੇ ਆ ਕਿਉਂ ਰੋਜ਼ ਕਿਉਂ ਨਹੀਂ ਲਾਉਣਾ ਤੀਜੇ ਦਿਨ ਮੈਂ ਪੋਚਾ ਲਾ ਦਿਆ ਕਰੂੰਗੀ ਪੋਚਾ ਰੋਜ਼ ਲਾਉਣਾ ਹੀ ਉਹ ਜੇ ਮਨਜ਼ੂਰ ਵਾ ਤੇ ਭਾਰੀ ਨੂੰ ਹੱਥ ਪਾਵੀਂ ਤੇ ਨਹੀਂ ਤੇ ਚੌਂਕੇ ਵਿੱਚ ਵੜ ਜਾ ਸੁੱਜੇ ਦਿਨ ਮੈਂ ਪੋਚਾ ਲਾ ਲਿਆ ਕਰਨਾ ਹੁਣ ਸਾਰੀਆਂ ਤੁਹਾਡੀਆਂ ਮਰਜ਼ੀ ਚੱਲਿਆ ਕਰਨੀ ਕਿ ਕਿੱਦਾਂ ਹੁਕਮ ਚਲਾਉਣ ਦੇ ਮੇਰੇ ਤੇ ਆ ਨਹੀਂ ਤੇ ਉਹ ਕਰ ਝਾੜੂ ਮਾਰਨਾ ਮੈਂ ਕੱਲਾ ਝਾੜੂ ਮੈਂ ਮਾਰ ਦਿੰਨੀ
ਮੈਨੂੰ ਫੜਾ ਤਾ ਝਾੜੂ ਵੀ ਫੇਰ ਚਿੱਟਾ ਮੇਰੇ ਤੇ ਰੋਗ ਪਾਉਂਦੇ ਆ। ਦੱਸ ਅੱਗੇ ਕਿਹੜਾ ਵੱਜਦਾ ਨਹੀਂ ਝਾੜੂ, ਜਿੰਨਾ ਤੱਕ ਮੈਂ ਨਹੀਂ ਮਾਰਦੀ ਤੇ ਮੈਂ ਹੀ ਉੱਠ ਕੇ ਮਾਰੂੰਗੀ ਤੇ ਝਾੜੂ ਵੱਜਣਾ, ਨਹੀਂ ਤੇ ਨਹੀਂ ਵੱਜਣਾ। ਮੰਮੀ ਨੇ ਘਰੇ ਕੀ ਖਾ ਲਿਆ, ਸਾਰੀ ਚਿੱਕਣ ਆ ਨਾ ਵੱਡੀ ਬੀਜੀ ਆ, ਪੂਰੀ ਮਿਕਸ ਨਹੀਂ ਚਲੀ, ਪਵਾੜੇ ਪਾ ਕੇ ਛੱਡੇ। ਮੈਨੂੰ ਲੱਗਦਾ ਸੀ ਵੀ ਅੱਗੇ ਪਵਾੜੇ ਪਾਉਣੇ ਆ ਨਾ, ਤੇ ਉਹੀ ਗੱਲ ਹੋਈ, ਪਾ ਕੇ ਛੱਡੇ ਪਵਾੜੇ। ਹਜੇ ਪਤਾ ਨੀ ਇਹਨੇ ਗਾਂ ਕੀ ਕਰਨਾ, ਮੈਨੂੰ ਕੰਮ ਤੇ ਲਾ ਸਕਦੀ ਆ ਬਿਸਤਰੇ ਤੇ ਠਾਲ ਕੇ, ਤੇ ਕੀ ਨੀ ਕਰ ਸਕਦੀ, ਕੀ ਪਤਾ ਜੇ ਦਿਮਾਗ ਚ ਕੀ ਪਲੈਨਿੰਗ ਦਾ ਚੱਲਣ ਡਈਆਂ ਵਾ, ਜਿਹੜੀਆਂ ਹੌਲੀ ਹੌਲੀ ਕਰਕੇ ਨਾ ਆਪਣਾ ਇੱਕ ਇੱਕ ਪਹਿਲੂ ਕੱਢਣ ਡਈ ਆ। ਹੁਣ ਇਹਨੇ ਮੈਨੂੰ ਕੰਮ ਤੇ ਲਾਇਆ ਵਾ ਤੇ ਮੇਰੇ ਹਿਸਾਬ ਨਾਲ ਇਹਨੇ ਗਾੜੀ ਨਾ ਕੁਝ ਹੋਰ ਸੋਚਿਆ ਵਾ, ਇਹ ਤੋਂ ਪਹਿਲਾਂ ਕਿ ਇਹ ਆਪਣੇ ਘਰੇ ਕੰਮ ਮੈਨੂੰ ਕਰ ਲੈਣਾ ਚਾਹੀਦਾ ਵਾ, ਜੋ ਮੈਂ ਸੋਚਿਆ ਉਹੀ ਕਰਦੀ ਆ ਹੁਣ। ਦਵਿੰਦਰ ਨੇ ਕਿਹੜੀ ਬੂਟੀ ਸਧਾਰਤੀ ਇਹਨੂੰ, ਲੱਗ ਪਈ ਕੰਮ ਕਰਨ, ਚੰਗਾ ਵਾ ਧੀ ਪੁੱਤ ਤੇ ਕੰਮ ਕਰਦਾ ਹੀ ਸੋਹਣਾ ਲੱਗਦਾ ਵਾ। ਸਾਨੂੰ ਵੀ ਆਸ ਆ ਕੇ ਅਸੀਂ ਵੀ ਆਪਣਾ ਪੁੱਤ ਵਿਆਹੇ, ਕੀ ਵੇਖਣ ਦੇ ਬਾਅਦ ਮੈਂ ਕਿਹੜੀ ਬੂਟੀ ਸਧਾਰਤੀ, ਉਹ ਬੂਟੀ ਸਿਖਾਉਣੀ ਪੈਣੀ ਸੀ, ਬਹੁਤ ਵੇਖ ਲਿਆ ਵਾ ਵੀ ਉਹ ਸਿਆਣੇ ਆ ਕੇ ਤੇਲ ਵੇਖੋ ਤੇਲ ਦੀ ਧਾਰ ਵੇਖੋ, ਹੁਣ ਤਾਂ ਧਾਰ ਵੀ ਟੁੱਟਣ ਡਿਆ ਵੀ ਤੇਲ ਦੀ, ਹੁਣ ਨਹੀਂ ਕਰ ਸਕਦੇ ਹੁਣ ਸਿੱਧੀ ਉਂਗਲ ਕਿ ਉਹਦੇ ਦੇ ਕਲਰ ਤੇ ਵੀ ਕਰ ਲਓ, ਉਹ ਤੁਹਾਡੀ ਵੀ ਕਰਕੇ ਵੇਖ ਲਈ ਹੁਣ, ਪਰ ਜੇ ਇਹਨੂੰ ਅਕਲ ਹੁੰਦੀ ਨਾ ਇਹ ਇੰਨਾ ਕੁ ਮੇਰੇ ਕੋ ਨਾ ਖਵਾਉਂਦੀ, ਪੜਿਆ ਲਿਖਿਆ ਦਾ ਕੀ ਮਤਲਬ ਹੋਇਆ, ਬੇਇੱਜ਼ਤੀ ਕਰਾ ਕੇ ਕੰਮ ਕੀਤਾ ਤੇ ਕੀ ਕੀਤਾ। ਉਹ ਗੱਲ ਕਿ ਚੱਲ ਇਹ ਆ ਵੀ ਸਿਰ ਤੇ ਨਾਲ ਲੱਗਾ, ਰੋਟੀ ਵੀ ਖਾਣੀ ਹੈ ਤੇ ਕੰਮ ਵੀ ਕਰਨਾ ਚਾਹੀਦਾ ਬੰਦੇ, ਕਰਨਾ ਵਾ ਹੋਰ ਨਹੀਂ ਕੋਹ, ਕੰਮ ਕਰਦੀ ਹੋਵੇ ਕੋਈ ਭੈਣ ਭਰਾ ਕੋਈ ਚੀਜ਼ ਲੈਣ ਆ ਜਾਏ ਬੰਦਾ ਫੜਾਵੇ, ਤੇ ਕਿਹਨੂੰ ਪਤਾ ਫਲਾਨੇ ਦੀ ਨੂੰਹ ਬੜੀ ਚੰਗੀ, ਮੈਨੂੰ ਉਸੇ ਵੇਲੇ ਚੀਜ਼ ਕੱਢ ਕੇ ਫੜਾਈ, ਇਹ ਤੇ ਕਿਸੇ ਪਾਸੇ ਵੀ ਨੀ ਕਾਮਯਾਬ, ਇਹ ਤੇ ਮੰਗਤੇ ਨੂੰ ਖੈਰ ਪਾਉਣ ਜੋਗੀ ਨੀ, ਇਹਨੇ ਕਿਸੇ ਨੂੰ ਕੀ ਦੇਣਾ। ਚੱਲ ਕੋਈ ਨੀ ਕਰੂਗੀ ਹੁਣ, ਸਹੀ ਹੈ ਸਹੀ ਹੈ, ਖਰੇ ਬਾਬਾ ਕਿਰਪਾ ਕਰਦੇ ਇੱਥੇ ਵੀ, ਵੇਖੋ ਕਿਰਪਾ ਕਰਦਾ ਵਾ ਕਿ ਵਿਗੜਦੀ ਆ ਗੱਲ ਕੀ ਹੈ ਕੀ ਨਹੀਂ, ਬਣ ਜਾਣੀ ਗੱਲ ਕੋਈ ਸਹੀ ਸਹੀ, ਉਹਨੂੰ ਸਮਝ ਲੱਗਣ ਡੈ ਪੈਣੀ ਆ, ਉਹ ਮੈਨੂੰ ਲੱਗਦਾ ਇਹਨੇ ਕਦੇ ਸ਼ੁਰੂ ਤੋਂ ਕੰਮ ਕੀਤਾ ਹੀ ਨਹੀਂ ਦਾ ਘਰ ਆਪਣੇ, ਮੈਂ ਨੀ ਹੁਣ ਡਰਦੀ ਖਲਾਰੇ ਤੋਂ ਮੈਂ ਸਾਰਾ ਸਾਬ ਤਾਂ ਲਾ ਲਿਆ ਵਾ ਮੈਂ ਨੀ ਹੁਣ ਡਰਦੀ ਇਹ ਤੇ ਚੜ ਗਈਆਂ ਸਿਰ ਤੇ ਬਾਬਾ ਚੱਲ ਚੰਗਾ ਬਸ ਕਰ ਹੁਣ ਤੂੰ ਵੀ ਦੁਬਾਰੇ ਸਿਰਫ ਤੇਰੇ ਕਰਕੇ ਮੇਰੀ ਧੀ ਕੰਮ ਕਰਕੇ ਖਪ ਚੱਲੀ ਆ, ਤੇ ਇਹ ਕਰਦੀ ਅੰਦਰ ਬੈਠੀ, ਹੁਣ ਥਾਂ ਜੰਡਾਇਆ, ਹਾਂ ਹੁਣ ਜੰਡਾਇਆ ਵਾ ਉਹਨੂੰ, ਆਂਦੀ ਵੀ ਮੈਂ ਕਿਹੜਾ ਕੰਮ ਕਰਨਾ, ਆਂਦੀ ਵੀ ਮੈਂ ਕੋਈ ਵੀ ਨੀ ਕਰਨਾ, ਮੁੜ ਕਹਿੰਦੀ ਯਾਰ ਥਾਂ ਹੁਜ ਲੈਣੀ ਆ, ਤੇ ਮੈਂ ਕਿਹਾ ਤੂੰ ਫਿਰ ਫੁਲਕੇ ਲਾ ਲਾ ਮੇਰੇ ਪੁੱਤ ਹੁਣ ਥਾਂ ਚ, ਫਿਰ ਤੂੰ ਕੋਟਾ ਪੂਰਾ ਕਰ ਦੂਗੀ ਜੇ ਸਾਰਾ ਕਰ ਦੂ, ਤੋਤੋਗੇ ਮੰਜਿਆ ਥੱਲੇ ਰਹਿਣ ਦੂਗੀ ਆਲੇ ਵਾਲੇ ਕਰਕੇ, ਤੇ ਚੱਲ ਮੇਰੇ ਭਾਈ ਚਲੋ ਵੇਹਨੇ ਆ ਕੀ ਕਰਦੀ, ਇੱਕ ਦੋ ਦਿਨ ਫਿਰ ਪਾ ਲਾਂਗੇ ਹਿਸਾਬ ਕਿਤਾਬ, ਤੇ ਤੂੰ ਫੁਲਕੇ ਲਾਉਣੇ ਆ ਤੇ ਰਸੋਈ ਸਾਫ਼ ਕਰਨੀ, ਕੋਈ ਮੈਂ ਸਿਲਾ ਲੈਣਾ, ਹਾਂ ਕਰ ਲਾ 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 ਫਿਰ, ਉਹਨੂੰ ਤੇ ਭੁੱਖ ਨਾ ਮਰ ਚੱਲੀ, ਭੁੱਖੀ ਆ ਉਹਦੇ, ਠੀਕ ਆ ਆਹੋ ਉਹਨੂੰ ਤਾਂ ਬਹੁਤ ਭੁੱਖ ਲੱਗੀ ਆ, ਆਟਾ ਕੱਢ ਕੇ ਰੱਖਿਆ ਸਾਰ ਲਾ ਲਓ ਲਾ ਲਓ, ਮੈਂ ਹੁਣ ਜਾਈ ਹਾਂ ਥਾਂ ਤੇ ਦੀਦੀ, ਹੁਣ ਮੈਨੂੰ ਰੋਟੀ ਪਕਾ ਕੇ ਨਾ ਤੇ ਅੰਦਰ ਹੀ ਫੜਾ ਦਿਓ, ਮੈਂ ਰੋਟੀ ਲੱਗੀ ਹਾਂ ਪਕਾਉਣ, ਤੇ ਤੂੰ ਇੱਦਾਂ ਕਰ ਮੈਂ ਪਾ ਕੇ ਲੈ ਜਾਵਾਂ, ਤੇ ਤੁਸੀਂ ਪਾ ਕੇ ਫੜਾ ਦਿਓ, ਹਾਂ ਮੈਂ ਥਾਂ ਤੋਂ ਹੁਣ ਜਾਈ ਹਾਂ ਸਾਰਾ ਉਹ ਤੱਕ ਪਹੁੰਚ ਕੇ ਆਈ ਹਾਂ, ਤੇ ਹੁਣ
ਹੋਣਾ ਮੈਨੂੰ ਡਿਸਟਰਬ ਕਰਿਆ ਸ਼ਾਮ ਤੱਕ ਕੋਈ ਤੇ ਫੇਰ ਕੀ ਹੋ ਗਿਆ ਹੂੰ ਜਾਈਆਂ ਤੇ ਤੇਰਾ ਵੀ ਤੇ ਉਹਨਾਂ ਹੀ ਕੰਮ ਆ ਜਿੰਨਾ ਮੇਰਾ ਵਾ ਬਸ ਇਹੀ ਤੇ ਤੁਸੀਂ ਕਹਿੰਦੇ ਸੀ ਵੀ ਮੈਂ ਵੀ ਕੰਮ ਕਰਦੀ ਆ ਤੇ ਉਹ ਅੰਦਰ ਬੈਠੀ ਆ ਤੁਹਾਡੇ ਕੋਲ ਜਲਿਆ ਨਹੀਂ ਗਿਆ ਅੰਦਰ ਅੰਦਰ ਤੁਸੀਂ ਬੜੀਆਂ ਬੜੀਆਂ ਵੱਟਦੇ ਜੇ ਹੁਣ ਤੇ ਤੁਹਾਡੀਆਂ ਗੱਲਾਂ ਆ ਹੀ ਗਈਆਂ ਬਾਹਰ ਇਹੀ ਤੁਸੀਂ ਚਾਹੁੰਦੇ ਸੀ ਕਿ ਉਹ ਉੱਠ ਕੇ ਕੰਮ ਕਰੇ ਨਾਲ ਹਨਾ ਅੱਛਾ ਜੇ ਤੈਨੂੰ ਥਾਂ ਮੂੰਜਣਾ ਪੈ ਗਿਆ ਤੇ ਇਹਦਾ ਮਤਲਬ ਵੀ ਮੈਂ ਪਿੜੀਆਂ ਵੱਢਦੀ ਆ ਹੋਰ ਕੀ ਆ ਜਾ ਕੰਮ ਕਰ ਜਾ ਕੇ ਬਣੇ ਰਹਿੰਦੇ ਜੇ ਵੀ ਸਾਧ ਮਲਾ ਤੇ ਸਿੱਧੀ ਆ ਮੈਂ ਸਿੱਧੀ ਸੁੱਧੀ ਕੋਈ ਨਹੀਂ ਜੇ ਢਿੱਡ ਤੇ ਤੁਹਾਡੇ ਬਥੇਰਾ ਕੁਝ ਵਾ ਜਿਹੜਾ ਹੁਣ ਹੌਲੀ ਹੌਲੀ ਕਰਕੇ ਬਾਹਰ ਨਿਕਲਣ ਡਿਆ ਮੈਂ ਤੈਨੂੰ ਕਿੱਦਣ ਮਾੜੀ ਚੰਗੀ ਗਈ ਜਾਂ ਮੈਂ ਕਿੱਦਣ ਕਿਹਾ ਤੈਨੂੰ ਵੀ ਤੂੰ ਕੰਮ ਕਰ ਤੁਸੀਂ ਮੇਰੇ ਮੂੰਹ ਤੇ ਕਹਿੰਦੇ ਨਹੀਂ ਜੇ ਉਹ ਜਿਹੜਾ ਜੀ ਤੁਹਾਡੀ ਸੱਸ ਉਹਨੂੰ ਜੇ ਕਹਿੰਦੇ ਜੇ ਤੁਸੀਂ ਉਹਨੂੰ ਪੱਟੀ ਪੜਾ ਦਿੰਦੇ ਸਿਖਾ ਦਿੰਦੇ ਜੇ ਤੇ ਉਦਾਂ ਹੀ ਜਾ ਕੇ ਅੰਦਰ ਮੈਨੂੰ ਬੋਲਣ ਲੱਗ ਪੈਂਦੀ ਆ ਤੂੰ ਤੇ ਐ ਜਿੱਦਾਂ ਕਿਤੇ ਵੰਡ ਚੱਲੀ ਹੁੰਦੀ ਆ ਤੇ ਨਾ ਮੈਂ ਮੇਰੇ ਹਾਲਾਤ ਵੇਖਦਾ ਤੇ ਆਪਣੇ ਵੇਖਦਾ ਇਹੋ ਜਿਹਾ ਬੰਦਾ ਨਾ ਢਿੱਡ 'ਚ ਬੜਾ ਕੁਹ ਰੱਖਦਾ ਹੁੰਦਾ ਵਾ ਮੈਂ ਮੂੰਹ ਤੇ ਬੋਲ ਦਿੰਦੀ ਆ ਨਾ ਤੇ ਤੁਸੀਂ ਮੇਰੀ ਪਿੱਠ ਪਿੱਛੇ ਗੱਲਾਂ ਕਰਦੇ ਜੇ ਇਹ ਗੱਲ ਆ ਤੁਹਾਡੇ 'ਚ ਤੇ ਫਿਰ 'ਚ ਫਰਕ ਜਾ ਭੈਣਾ ਗਾਂ ਜਾ ਤੂੰ ਵਿਹਲੀ ਨੂੰ ਗੱਲਾਂ ਹੀ ਬਣਾਉਣੀਆਂ ਹੋਰ ਤੂੰ ਕੀ ਕਰਨਾ ਆ ਉਹੀ ਤੇ ਗੱਲ ਫਿਰ ਵਿਹਲੀ ਵਿਹਲੀ ਇਹੀ ਤੇ ਤੁਹਾਡੇ ਕੋਲ ਜਰਿਆ ਨਹੀਂ ਗਿਆ ਵੀ ਵਿਹਲੀ ਅੰਦਰ ਬੈਠੀ ਵੀ ਮੈਨੂੰ ਕਿੱਦਾਂ ਠਾਲ ਕੇ ਬਾਹਰ ਲਿਆ ਵਾ ਤੇ ਠੰਡ ਪੈ ਗਈ ਹੋਣੀ ਹੁਣ ਉਦੋਂ ਤੁਹਾਨੂੰ ਕੰਮ ਤੇਰਾ ਨੀ ਦੱਸ ਤੂੰ ਨੀ ਖਾਂਦੀ ਪੀਂਦੀ ਤੂੰ ਵੀ ਲੀੜਾ ਕੱਪੜਾ ਪਾਉਂਦੀ